ਉਹਨੂੰ ਛੋਟਾ ਕਰਕੇ ਹੱਥ ਚ ਫੜ ਲਈ ਨਹੀਂ ਕੋਈ ਨਹੀਂ ਇੱਥੇ ਰੱਖ ਲਈ ਜੇ ਇੱਥੇ ਲੱਗ ਗਿਆ ਤਾਂ ਦਿਖਦਾ ਰਹਿਣਾ ਯਾਰ ਕਲਰ ਵਿੱਚ Hi Vivek, long time not see you. Priya Singh. Color nu main miss kivi kar ditta. Main color vekhan dahi haan ki koi hai chaj da color vich. Theek hai hana natural rehne denne haan. Hana janu. Sasikal dosto. Hi Charanjit. Hello Deep Kaur. Janu. ਦੇਖ ਸਕਣ ਦਾ ਤੁਸੀਂ ਦੂਰ ਹੈ ਤੁਹਾਡੇ ਤੋਂ ਥੋੜਾ ਦੂਰ ਹੈ ਮੰਦਰ ਤੇ ਆਏ ਮੇਰੀ ਅੱਛਾ ਮੈਂ ਵਈ ਮੈਂ ਕੱਲ ਹੀ ਵਿਵੇਕ ਸੋਚ ਰਹੀ ਸੀ ਮੈਂ ਕਿਹਾ ਕਦੀ ਗੱਲ ਨਹੀਂ ਹੋਈ ਵਿਵੇਕ ਦੇ ਨਾਲ ਬਿਲਕੁਲ ਹੀ ਦੀਪ ਕੋਈ ਗੱਲ ਨਹੀਂ ਜਾਨੂੰ ਦੀਪ ਕੌਰ ਹੈਲੋ ਕਹਿ ਰਹੇ ਤੁਹਾਨੂੰ ਹੈਲੋ ਸਤਿ ਸ਼੍ਰੀ ਅਕਾਲ ਜੇ ਥੋੜਾ ਦੂਰ ਹੈ ਮੈਂ ਕਰ ਦੂੰਗੀ ਵੇਖੋ ਮੈਂ ਦੇਖਦੀ ਕਲਰ ਕਿਹੜਾ ਵਾ ਵਧੀਆ ਆਸ਼ਾ ਸਭ ਹੈਲੋ ਜੀ ਕੀ ਹਾਲ ਆ ਆਸ਼ਾ ਜ਼ਰੂਰ ਕਰੂੰਗੀ ਵਿਵੇਕ ਕਿਸੇ ਦਿਨ ਜ਼ਰੂਰ ਗੱਲ ਹੋ ਗਈ ਆਪਣੀ ਰਣਜੀਤ ਧਾਲੀਵਾਲ ਹੈਲੋ ਜੀ ਨਹੀਂ ਨਹੀਂ ਮੈਂ ਕਿਹਾ ਦੋਸਤਾਂ ਨੂੰ ਮਿਲਦੇ ਆ ਕਿ ਲਾਈਵ ਆਉਂਦੇ ਆ ਅੱਜ ਕੀ ਹਾਲ ਚਾਲ ਆ ਤੁਹਾਡਾ ਸਭ ਦਾ ਥੈਂਕ ਯੂ ਆਸ਼ਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਰਣਜੀਤ ਥੈਂਕ ਯੂ ਪ੍ਰਿਆ ਸਿੰਘ ਕਹਿੰਦੀ ਹੈਲੋ ਡੈਡੀ ਐਂਡ ਮੰਮੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਕੀ ਹੋ ਰਿਹਾ ਵਾ ਹਰਲੀਨ ਭੁੱਲਰ ਮਹਿੰਦੀ ਥੈਂਕ ਯੂ ਸੋਹਣੀ ਲੱਗੀ ਨਾ ਕਾਫੀ ਡਾਰਕ ਹੋਆ ਬਲੈਕ ਹੋ ਗਿਆ ਕਲਰ ਮੈਂ ਕਲਰ ਉਹਨੂੰ ਕੋਸ਼ਿਸ਼ ਕਰਦੀ ਪਰ ਇੱਦਾਂ ਦਾ ਆਉਂਦਿਆ ਕਿ ਲਾਈਟ ਨਹੀਂ ਇੰਨੀ ਲੱਗਦਾ ਹੈਗੀ ਸਵੇਰੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਊ ਦਿਖਾਉਂਗੀ ਅਤੇ ਹੁਣ ਮੈਂ ਕਿਹਾ ਥੋੜ੍ਹਾ ਟਾਈਮ ਲਾਈਵ ਜਾ ਕੇ ਸਾਰਿਆਂ ਨਾਲ ਹੈਲੋ ਹਾਈ ਕਰਾਂ ਅਤੇ ਉਸ ਤੋਂ ਬਾਅਦ ਗੱਲ ਹੋਊਗੀ ਆਪਣੀ ਥੋੜ੍ਹਾ ਜਿਹਾ ਰਸਤੇ ਜੀ ਬੜਾ ਟਾਈਮ ਲੱਗ ਗਿਆ ਹਨੀਮੂਨ ਹੀ ਹੋ ਗਿਆ ਆਸ਼ਾ ਹਨੀਮੂਨ ਹੀ ਹਨੀਮੂਨ ਹੀ ਹੋ ਗਿਆ ਵਾ ਅੱਜ ਓ ਮਾਈ ਗਾਡ ਹਰਲੀਨ ਥੈਂਕ ਯੂ ਮੇਰੇ ਵੀਡੀਓ ਵਾਚ ਕਰਨ ਲਈ ਅਤੇ ਲਾਈਕ ਕਰਨ ਲਈ ਅਤੇ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਤੁਹਾਡਾ ਧੰਨਵਾਦ ਅੱਛਾ ਹਨੀਮੂਨ ਟਾਈਪ ਹੀ ਅੱਜ ਅਸੀਂ ਸਿਟੀ ਵਿੱਚ ਆਏ ਹੋਏ ਹਾਂ ਬਿਲਕੁਲ ਆਪਣੇ ਮਿਲੇਨੀਅਮ ਹਾਂ ਮਿਲੇਨੀਅਮ ਜੂਐਨ ਹਾਂ ਬਹੁਤ ਹੀ ਬਿਊਟੀਫੁਲ ਆ ਆਊਟਸਾਈਡ ਪਰ ਇਸ ਲਈ ਇਹਨਾਂ ਨੇ ਕਲੋਜ਼ ਕਰ ਦਿੱਤਾ ਅੱਜ ਮਤਲਬ ਕਿ ਨਾ ਹੁਣ ਬਹੁਤ ਸ਼ਾਨਦਾਰ ਹੋਟਲ ਹੈਗਾ ਵਾ ਨਾ ਇੱਥੇ ਹੈਗਾ ਵਾ ਹੁਣ ਫੂਡ ਅੰਦਰ ਮਿਲਦਾ ਵਾ ਬਾਹਰ ਜਾਣਾ ਪੈਣਾ ਵਾ ਜਿਸ ਤਾਂ ਪਹਿਲੋਂ ਬਹੁਤ ਵਧੀਆ ਸੀ ਅਤੇ ਪਰ ਤੁਹਾਨੂੰ ਪਤਾ ਕੋਵਿਡ ਹੀ ਕਰਕੇ ਪਰ ਅਸੀਂ ਇੱਥੇ ਆਏ ਹਾਂ ਕਰਨ ਲਈ ਥੈਂਕ ਯੂ ਅਰਲੀਨ ਥੈਂਕ ਯੂ ਇੰਨਾ ਪਿਆਰ ਦੇਣ ਲਈ ਅਤੇ ਫਿਰ ਅਸੀਂ ਕਿਹਾ ਚਲੋ ਬਾਹਰ ਘੁੰਮਾਉਂਦੇ ਹਾਂ ਪਰ ਕੋਈ ਮਜ਼ਾ ਨਹੀਂ ਹੈਗਾ ਕੋਵਿਡ ਕਰਕੇ ਸਾਰਾ ਕੁਛ ਮਤਲਬ ਕਿ ਖਾਣਾ ਖੁਣਾ ਬੰਦ ਹੋਏ ਬਾਹਰ ਜਾਣਾ ਪੈਣਾ ਜਾਂ ਔਡਰ ਕਰਾਂਗੇ ਇੱਥੇ ਦੋਸਤੋ ਸਾਰਿਆਂ ਨੂੰ ਵਧੀਆ ਤੁਹਾਨੂੰ ਸੁਜੈਸ਼ਨ ਇਹੀ ਆ ਘਰੇ ਹੀ ਬੈਠ ਰਿਹਾ ਮੈਂ ਜਾਨੂ ਥੱਕ ਗਏ ਅੱਜ ਉਹ ਮਜ਼ਾ ਹੈ ਨਹੀਂ ਜੋ ਪਹਿਲਾਂ ਹੁੰਦਾ ਸੀ ਜੋ ਥੈਂਕ ਯੂ ਹੁਣ ਤੇ ਇੱਦਾਂ ਹੀ ਆ ਕਿ ਜੀ ਤੁਸੀਂ ਪੈਸੇ ਵੀ ਖਰਚਦੇ ਆ ਪਰ ਮਜ਼ਾ ਨਹੀਂ ਆ ਰਿਹਾ ਹਨਾ ਤੁਸੀਂ ਬਹੁਤੇ ਥੱਕ ਗਏ ਲੱਗਦੇ ਹਨਾ ਅੱਜ ਥੱਕ ਨਹੀਂ ਗਏ ਕੋਈ ਉਹ ਰੌਣਕ ਹੈ ਨਹੀਂ ਬਾਹਰ
ਹਾਂ ਲੋਕ ਹੈਗੇ ਨੇ ਪਰ ਬਹੁਤ ਮਤਲਬ ਕਿ ਹੈਗੇ ਫਿਰ ਵੀ ਪਰ ਬਹੁਤ ਘੱਟ ਆ ਮਤਲਬ ਉਹ ਮਜ਼ਾ ਨਹੀਂ ਹੈਗਾ 2020 ਸਾਰਿਆਂ ਨੂੰ ਪਤਾ ਹੀ ਹੈ ਕਿ ਮਤਲਬ ਸਤਿਆਨਾਸ਼ ਹੋ ਗਿਆ ਸਾਲ ਪੂਰੇ ਦਾ ਪਰ ਅਸੀਂ ਮੈਂ ਫਿਰ ਵੀ ਹਿੰਮਤ ਕੀਤੀ ਮੈਂ ਕਿਹਾ ਜਾਨੂ ਨੂੰ ਕਿ ਚਲੋ ਜਾਨੂ ਬਾਹਰ ਹੀ ਚੱਲਦੇ ਹਾਂ ਨਹੀਂ ਦੇਖਦਾ ਪਿਆ ਫਿਰ ਦੀਪ ਨਹੀਂ ਨਜ਼ਰ ਆ ਗਿਆ ਕਹਿੰਦੀ ਠੀਕ ਹੈ ਹੋਰ ਤੁਹਾਡਾ ਸਭ ਦਾ ਕੀ ਹਾਲ ਚਾਲ ਆ ਨਹੀਂ ਦੋਸਤੋ ਕੀ ਕਰ ਰਹੇ ਹੋ ਇਸ ਵੇਲੇ ਹਾਂ ਮੈਂ ਜਾਨੂ ਨਾ ਕਦੀ ਨਹੀਂ ਲਾਈਵ ਆਈ ਯੂਟਿਊਬ ਤੇ ਵੈਸੇ ਵੀ ਮੈਂ ਇੱਕ ਵਾਰ ਦੋ ਵਾਰੀ ਆਈ ਹਾਂ ਇੱਕ ਵਾਰੀ ਹੋਈ ਸੀ ਆਪਾਂ ਲਾਈਵ ਯੂਟਿਊਬ ਤੇ ਹੋਏ ਸੀ ਆਪਾਂ ਕਿ ਉਹ ਟਿਕਟੋਕ ਤੇ ਹੀ ਟਿਕਟੋਕ ਤੇ ਹਾਂ ਥੈਂਕ ਯੂ ਸਜਲ ਥੈਂਕ ਯੂ ਓਕੇ ਓਕੇ ਉਹ ਕਹਿ ਰਹੀ ਕਿ ਸਟੋਰੀ ਸੁਣਾਓ ਡੈਡੀ ਦੀ ਸਟੋਰੀ ਸੁਣਾਓ ਕੋਈ ਅੱਛਾ ਅੱਜ ਦੀ ਸੁਣਾ ਦਿਓ ਕਿ ਅੱਜ ਤੁਸੀਂ ਕੀ ਮਿਲ ਕੇ ਇਹ ਕਿੱਥੋਂ ਆਏ ਆਪਾਂ ਪੋਰਟ ਅਥਾਰਟੀ ਤੋਂ 28 ਨਵੰਬਰ ਦੀ ਆ ਵਾਓ ਸੇਮ ਮੰਥ ਦੀ ਅਤੇ ਐਡਵਾਂਸ ਵਿੱਚ ਬਹੁਤ ਬਹੁਤ ਵਧਾਈਆਂ ਓਏ ਸੋਨਲ ਸੋਨੀ ਮੈਂ ਬਹੁਤ ਮੇਰਾ ਦਿਲ ਕੰਡਿਆ ਕਿ ਮੈਂ ਮਿਲਾਂ ਤੁਹਾਨੂੰ ਬਹੁਤ ਦਿਲ ਕੰਡਿਆ ਇੱਕ ਤੁਸੀਂ ਇੱਦਾਂ ਦੀ ਇੱਕ ਅਟੈਚਮੈਂਟ ਬਣਾ ਲਈ ਆ ਕਿ ਮੇਰਾ ਜੀ ਕੰਡਿਆ ਵੇਖਾਂ ਕਿੱਥੇ ਜੇ ਤੁਸੀਂ ਮੈਨੂੰ ਮਿਲੋ ਆ ਕੇ ਜਾਂ ਮੈਨੂੰ ਦੱਸੋ ਮੈਂ ਆਵਾਂ ਮੇਰਾ ਬਹੁਤ ਦਿਲ ਕੰਡਿਆ ਤੁਹਾਨੂੰ ਮਿਲਣ ਨੂੰ ਹੁਣ ਤਾਂ ਦੋਸਤੋ ਇੱਦਾਂ ਲੱਗਦਾ ਕਿ ਇੱਕ ਦਿਨ ਵਿੱਚ ਮੁਲਾਕਾਤ ਹੋਣੀ ਥੈਂਕ ਯੂ ਨੀਰੋ ਥੈਂਕ ਯੂ ਹਾਂ ਇੱਦਾਂ ਲੱਗਦਾ ਜੇ ਮੁਲਾਕਾਤ ਨਹੀਂ ਹੁੰਦੀ ਤਾਂ ਫਿਰ ਕੁਛ ਇੱਦਾਂ ਲੱਗਦਾ ਕੋਈ ਮਿਸਿੰਗ ਗਿਆ ਚੀਜ਼ ਹਾਂ ਇੱਦਾਂ ਹੋ ਗਿਆ ਹੈ ਨਾ ਕੋਈ ਰੂਪ ਥੈਂਕ ਯੂ ਤੁਸੀਂ ਵੀ ਇੰਨੇ ਸਾਰੇ ਕਿਊਟ ਹੋ ਸਾਰੇ ਜਾਣੇ ਇੰਨਾ ਪਿਆਰ ਕਰਦੇ ਹੋ ਓਕੇ ਦੀਪ ਜ਼ਰੂਰ ਆਪਾਂ ਵੀ ਮਿਲਾਂਗੇ ਫਿਲੈਂਡਰ ਓ ਅਤੇ ਸੁਣ ਤੁਸੀਂ ਇੰਨੀ ਦੂਰ ਵੀ ਨਹੀਂ ਹੈਗੇ ਨਜ਼ਦੀਕ ਹੀ ਆ ਹੈ ਨਾ ਮੈਂ ਕਦੀ ਗਈ ਨਹੀਂ ਆ ਹਾਂ ਮੈਂ ਫਿੱਲੀ ਕਦੀ ਗਈ ਨਹੀਂ ਅੱਜ ਤੱਕ ਨਹੀਂ ਵੇਖਿਆ ਪਰ ਮੈਂ ਜਾਊਂਗੀ ਕਦੀ ਮੈਂ ਅੱਗੇ ਜਾਂਦਾ ਹੁੰਦਾ ਸੀ ਸੈਚਰਡੇ ਸੰਡੇ ਆਸਟ੍ਰੇਲੀਆ ਸੇਜਰ ਆਸਟ੍ਰੇਲੀਆ ਤੋਂ ਆ ਮੈਂ ਸੋਚਣੀ ਆ ਤੁਸੀਂ ਕਿੱਥੇ ਹੋ ਵਾਓ ਓਕੇ ਲਿਪਸਟਿਕ ਡਾਰਕ ਹੋਣੀ ਚਾਹੀਦੀ ਆ ਹਾਂ ਰੈੱਡ ਮੈਂ ਆਉਂਦੀ ਹੋਈ ਘਰੋਂ ਲਗਾ ਲੂੰਗੀ ਸਵੇਰੇ ਅੱਜ ਉੱਦਾਂ ਵੀ ਦੋਸਤੋ ਲਾਈਟ ਵੀ ਮੱਧਮ ਜਿਹੀ ਆ ਹਾਂ ਸਵੇਰੇ ਮੈਂ ਤੁਹਾਨੂੰ ਸਾਰਾ ਵਿਊ ਦਿਖਾਉਂਗੀ ਨਿਊਯਾਰਕ ਦਾ ਅਤੇ ਫਿਰ ਤੁਹਾਨੂੰ ਚੰਗਾ ਲੱਗੂਗਾ ਮਨੀਲਾ ਫਿਲਪੀਨ ਦਿਲਨ ਹੈਲੋ ਜੀ ਵਾਓ ਜਾਗ ਰਹੇ ਹੋ ਫਿਲਪੀਨ ਵਾਲੇ ਵੀ ਫਿਲਪੀਨ ਮਨੀਲਾ ਅਪਸਟੇਟ ਨਿਊਯਾਰਕ ਥੈਂਕ ਯੂ ਜੀ ਹੀਰਾ ਇਹ ਅਪਸਟੇਟ ਰਹਿੰਦੇ ਨੇ ਤੁਸੀਂ ਪੰਜਾਬੀ ਬੋਲਦੇ ਹੋ ਸੋਨਲ ਮੈਂ ਸੋਚਿਆ ਨਹੀਂ ਤੁਸੀਂ ਬੋਲਦੇ ਮੈਂ ਸੋਚਿਆ ਇੰਗਲਿਸ਼ ਬੋਲਦੇ ਹੋ ਤੁਸੀਂ ਸਿਰਫ ਮਿਕੇਲ ਨਸ ਹੈਲੋ ਜੀ ਹੈਲੋ ਏ ਅਮੀਨਾ ਹੈਲੋ ਅਮੀਨ ਹਰਲੀਨ ਹਾਂ ਗੱਲ ਸੱਚ ਹੈ ਮੈਂ ਵੀ ਬਸ ਸੋਚਿਆ ਬਲੈਕ ਲਾਏ ਮੈਂ ਨੇਲ ਪੋਲਿਸ਼ ਗੱਲ ਸੱਚ ਹੈ ਮੈਂ ਬਲੈਕ ਕਲਰ ਕੀਤਾ ਵਾ ਅਤੇ ਬਾਅਦ ਵਿੱਚ ਮੈਂ ਵੀ ਸੋਚਦੀ ਸੀ ਰੈੱਡ ਹੋਣਾ ਚਾਹੀਦਾ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਸਹੀ ਨਹੀਂ ਹੈ ਨਾ ਬਲੈਕ ਕੀਤਾ ਤਾਂ ਡਲ ਰੈੱਡ ਹੁੰਦਾ ਤਾਂ ਬਹੁਤ ਵਧੀਆ ਲੱਗਦਾ ਮਹੀਨਾ ਦੇ ਨਾਲ ਬਹੁਤ ਸੋਹਣਾ ਵਧੀਆ ਲੱਗਣਾ ਸੀ ਦੋਸਤੋ ਤੁਸੀਂ ਸਾਰੇ ਜਣੇ ਆਏ ਸਾਨੂੰ ਇੱਥੇ ਮਿਲਣ ਹੈ ਨਾ ਕਿੰਨਾ ਚੰਗਾ ਲੱਗਾ ਕਿੰਨੇ ਜਾਣੂ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਨੂੰ ਮਨੀਲਾ ਹਾਂਜੀ ਮੈਨੂੰ ਬਹੁਤ ਚੰਗਾ ਲੱਗਾ ਜੇ ਤੁਸੀਂ ਮੈਨੂੰ ਭੂਆ ਜੀ ਕਿਹਾ ਅਤੇ ਕਹਿੰਦੇ ਫੁੱਫੜ ਜੀ ਮੇਰੇ ਜਾਨੂ ਨੂੰ ਵੀ ਫੁੱਫੜ ਜੀ ਨਹੀਂ ਕਿਹਾ ਬਹੁਤ ਟਾਈਮ ਹੋਇਆ ਵਾ ਸਭ ਨੇ ਹੈ ਨਾ ਮੇਰੀ ਸਾਈਡ 'ਤੇ ਨਹੀਂ ਕਦੀ ਕਿਸੇ ਨੇ ਕਿਹਾ ਨਿਕੇਲ ਹਾਂਜੀ 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 ਮੇਰੀ ਬੇਟੀ ਅਮਨਾ ਕੀ ਹਾਲ ਚਾਲ ਆ ਤੁਹਾਡਾ ਅਮਨਾ ਕੀ ਕਰਦੀ ਪਈ ਆ ਹੋਰ ਦੋਸਤੋ ਮੈਨੂੰ ਇੰਨਾ ਚੰਗਾ ਲੱਗਾ ਤੁਸੀਂ ਆ ਗਏ ਹੋ ਜਿਹਦੇ ਮੈਂ ਸੋਚਣ ਡੀ ਹਾਂ ਮੈਂ ਜਾਨੂ ਕਿਹਾ ਜਾਨੂ ਭਾਵੇਂ ਅਜੇ ਹੁਣੇ ਅਸੀਂ ਐਂਟਰ ਹੀ ਹੋਏ ਹਾਂ ਟੈਕਸੀ 'ਤੇ
ਹਾਏ ਮੇਰਾ ਜਾਨੂ ਅੱਜ ਬਹੁਤ ਥੱਕ ਗਏ ਇੱਥੋਂ ਤੱਕ ਆਉਂਦਿਆਂ ਹੀ ਹਨਾ ਬਰਿਆਨੀ ਬਣਾ ਰਹੀ ਹੋ ਤੇ ਫਿਰ ਠੀਕ ਆ ਜਸਪਾਲ ਨੂੰ ਉੱਥੋਂ ਮੈਂ ਭੇਜ ਦਿੰਦੀ ਆ ਤੇ ਜਸਪਾਲ ਲੈ ਆਉਂਦੇ ਬਰਿਆਨੀ ਚਿਕਨ ਬਰਿਆਨੀ ਜਾਂ ਗੋਟ ਬਰਿਆਨੀ ਔਰ ਹਾਂ ਹੋਰ ਦੋਸਤੋ ਕੀ ਹਾਲ ਚਾਲ ਤੁਹਾਡਾ ਪੂਨਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਕਹਿੰਦੀ ਕਿ ਪਾਪਾ ਜੀ ਆਲਵੇਜ਼ ਵੈਲਕਮ ਓਕੇ ਆਵਾਂਗੇ ਇੱਕ ਦਿਨ ਜਾ ਜ਼ਰੂਰ ਆਵਾਂਗੇ ਜਿੱਦਣ ਵੀ ਵਕਤ ਲੱਗਾ ਹਾਂ ਬਿਲਕੁਲ ਫਿਲਪੀ ਮਨੀ ਲਫਨ ਢਿੱਲਣ ਆ ਨਾ ਤੁਸੀਂ ਵੀ ਢਿੱਲੋ ਦਾਲ ਮੱਖਣੀ ਬਣਾਈ ਪ੍ਰਿਆ ਨੇ ਵਾਓ ਦਾਲ ਮੱਖਣੀ ਵੀ ਬਹੁਤ ਫੇਵਰੇਟ ਕਿਆ ਬਾਤ ਹੈ ਪੰਜਾਬ ਯਾਦ ਕਰਾ ਦਿੰਦੇ ਹਾਂ ਦਾਲ ਮੱਖਣੀ ਵਾਓ ਦਾਲ ਮੱਖਣੀ ਤਾਂ ਸਾਡਾ ਫੇਵਰੇਟ ਫੂਡ ਹੈ ਜਦੋਂ ਅਸੀਂ ਰੈਸਟੋਰੈਂਟ ਜਾਂਦੇ ਦਾਲ ਮੱਖਣੀ ਜ਼ਰੂਰ ਲੈ ਜਾਂਦੇ ਹਾਂ ਆਸ਼ਾ ਕਹਿ ਰਹੇ ਨੇ ਜਾਨੂ ਤਾਂ ਹੀਰੋ ਲੱਗ ਰਹੇ ਆ ਹਾਂ ਨਹੀਂ ਮੇਰਾ ਹੀਰੋ ਹੀਰੋ ਜਦੋਂ ਮੇਰਾ ਥੋੜਾ ਜਿਹਾ ਇਹਦਾ ਅਪਸੈਟ ਹੋ ਜਾਂਦੇ ਨਾ ਮੈਂ ਕਿ ਇਜੀ ਨਹੀਂ ਕੋਈ ਚੀਜ਼ ਹੁੰਦੀ ਤੇ ਮੈਂ ਨਹੀਂ ਹਾਰਦੀ ਦੋਸਤੋ ਮੇਰੇ ਜਾਨੂ ਨਾ ਮੈਂ ਕਿ ਮੈਂ ਹਾਰਦੀ ਨਹੀਂ ਆ ਇਹ ਗੱਲ ਹੈ ਜਿਵੇਂ ਸਮਝੋ ਅਸੀਂ ਘਰੋਂ ਆਏ ਹਾਂ ਤੇ ਸਾਰਾ ਸਫ਼ਰ ਕਿੰਨੇ ਮਿੰਟ ਦਾ ਸੀ 15 ਮਿੰਟ 15 ਮਿੰਟ ਦਾ ਜਦੋਂ ਅਸੀਂ ਉਤਰੇ ਨਹੀਂ ਤੂੰ ਹੈਲੋ ਕੀ ਕਿਹਾ ਸੀ ਤੁਸੀਂ ਆਉਂਦੇ ਅੰਕਲ ਵਰਗੇ ਹਸਬੈਂਡ ਦੇ ਕਿਸੇ ਲੱਕੀ ਨੂੰ ਮਿਲਦੇ ਆ ਹਨਾ ਹਾਏ ਹਾਏ ਕਹਿੰਦੇ ਹਾਏ ਹਾਏ ਪ੍ਰਭਜੀਤ ਕੌਰ ਹੈਲੋ ਜੀ ਕੀ ਹਾਲ ਤੁਹਾਡਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਹਾਂ ਪ੍ਰਸ਼ੰਸਾ ਕਰਨ ਦਾ ਬਤਾ ਲਾਈਕ ਕਰਦੇ ਹੋ ਹਾਂ ਮੈਂ ਸੋਨਾਲੀ ਸੋਨਲ ਮਤਲਬ ਕਿ ਤੁਸੀਂ ਮੈਂ ਤੁਹਾਡੀ ਸਿਸਟਰ ਆ ਓਕੇ ਸਿਸਟਰ ਬਿਲਕੁਲ ਸਿਸਟਰ ਲਵ ਯੂ ਪਰ ਮੇਰਾ ਬਹੁਤ ਦਿਲ ਕਰਦਾ ਤੁਹਾਨੂੰ ਮਿਲਣ ਨੂੰ ਜਿੱਦਾਂ ਜਿੱਦਾਂ ਦੀਆਂ ਤੁਸੀਂ ਗੱਲਾਂ ਲਿਖਦੇ ਹੋ ਨਾ ਮੇਰੇ ਕਈ ਵਾਰ ਮੈਨੂੰ ਕਨਫਿਊਜ਼ ਹੋ ਜਾਂਦੀ ਮੈਂ ਸਮਝ ਨਹੀਂ ਪਈ ਜੀ ਕਹਿੰਦਾ ਮੈਂ ਬਹਿ ਕੇ ਤੁਹਾਡੇ ਨਾਲ ਅਤੇ ਆਪਾਂ ਦੋਨੋਂ ਜਾਣੇ ਦੁੱਖ ਸੁੱਖ ਫੋਲੀਏ ਗੱਪ ਛੱਪ ਮਾਰੀਏ ਸ਼ਾਇਦ ਪਰਮਾਤਮਾ ਕਰੇ ਕੋਈ ਦੁੱਖ ਨਾ ਹੋਵੇ ਹਾਸੇ ਵਾਲੀਆਂ ਗੱਲਾਂ ਕਰੀਏ ਮਜ਼ਾ ਕਰੀਏ ਮੈਂ ਤੁਹਾਨੂੰ ਹੱਸਾਵਾਂ ਤੁਸੀਂ ਮੈਨੂੰ ਹੱਸਾਓ ਕਿੱਦਾਂ ਦਾ ਵਧੀਆ ਹਾਂ ਕਿੰਨਾ ਵਧੀਆ ਟਾਈਮ ਹੋਊਗਾ ਚਾਹੇ ਤਾਂ ਕੋਈ ਇਸ ਡਜ਼ਨ ਕੋਈ ਇਸ ਦਾ ਕੋਈ ਮਤਲਬ ਨਹੀਂ ਹੈਗਾ ਰੂਹਾਂ ਦਾ ਕਨੈਕਸ਼ਨ ਹੈਗਾ ਇੱਕ ਰੂਹ ਕਨੈਕਟ ਕਨੈਕਟ ਹੋਈ ਆ ਸਾਰੇ ਹੀ ਦੋਸਤਾਂ ਨਾਲ ਜੋ ਹੁਣ ਤੁਸੀਂ ਸਾਰੇ ਜਾਣੇ ਆਏ ਨਾ ਤੇ ਇੱਦਾਂ ਲੱਗਾ ਹਨਾ ਜਿਵੇਂ ਵਿਹੜਾ ਭਰ ਗਿਆ ਸੀ ਆਏ ਹੋਟਲ ਵਿੱਚ ਆ ਪਰ ਇੱਦਾਂ ਲੱਗਾ ਹਨਾ ਅਸੀਂ ਇਕੱਲੇ ਨਹੀਂ ਰਹੇ ਰੂਹਾਂ ਸਾਡੇ ਆਲੇ ਦੁਆਲੇ ਹੀ ਆ ਹਾਂ ਚਿਕਨ ਵੀ ਬਣਾ ਰਹੀ ਆ ਓਏ ਹੋਏ ਫੇਰ ਨਾ ਕਰੀਏ ਬਾਹਰੋਂ ਆਰਡਰ ਆ ਜਾ ਹਾਂ ਮੈਂ ਜੀ ਬਹੁਤ ਖੁਸ਼ ਹੈਗੀ ਹਾਂ ਪਰ 50 ਮਿੰਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਫਿਰ ਦੁਬਾਰਾ ਕਿ 50 ਮਿੰਟਸ ਇੱਥੇ ਪਹੁੰਚ ਗਏ ਅਤੇ ਉੱਥੇ ਜਾ ਕੇ ਨਾ ਊਬਰ ਅਸੀਂ ਕੀਤੀ ਅਤੇ ਉੱਥੋਂ ਇੰਨੀ ਦੂਰ ਨਹੀਂ ਸੀ ਪਰ ਤੁਸੀਂ ਸੋਚੋ 8:30 ਵਜੇ ਸੂਟ ਕੇ ਸੀ ਤੁਰ ਕੇ ਤਾਂ ਆ ਨਹੀਂ ਸਕਦੇ ਅਤੇ ਟੈਕਸੀ ਚਾਹੀਦੀ ਊਬਰ ਵਾਲੇ ਬਸ ਆਲੇ ਦੁਆਲੇ ਘੁੰਮ ਹੀ ਜਾਂਦੇ ਸੀ ਅਤੇ ਕੈਂਸਲ ਕਰਕੇ ਚਲੇ ਜਾਂਦੇ ਸੀ ਹੈ ਨਾ ਅਤੇ ਉਹ ਹੁਣ ਪਤਾ ਲੱਗਿਆ ਕਿ ਜੈਲੋ ਕੈਬ ਵੀ ਸਾਨੂੰ ਫਿਰ ਲੈਣੀ ਪਈ ਤੋ ਵੀ 2 ਵਾਰੀ ਅਤੇ ਇਸ ਕਰਕੇ ਮੇਰੇ ਜਾਨੂ ਕਹਿੰਦੇ ਹੋਣੇ ਆ ਵੀ ਇਹ ਕੀ ਮਤਲਬ ਅਸੀਂ ਘਰੇ ਹੀ ਬਣਾ ਲੈਂਦੇ ਮੈਂ ਕਿਹਾ ਨਹੀਂ ਜਾਨੂ ਜੋ ਇੱਥੇ ਮਜ਼ਾ ਹੈਗਾ ਉਹ ਘਰ ਨਹੀਂ ਹੈਗਾ ਅਤੇ ਮੈਂ 1.5-2 ਘੰਟੇ ਵੇਸਟ ਹੋ ਗਿਆ ਰਾਹ ਜੀ ਹਾਂ ਪੋਰਟ ਅਥਾਰਟੀ ਤੋਂ ਇੱਥੇ ਤੱਕ ਥੈਂਕ ਯੂ ਕਿਡ ਸੰਧੂ ਥੈਂਕ ਯੂ ਕੇ ਬਰਾੜ ਸਤਿ ਸ਼੍ਰੀ ਅਕਾਲ ਜੀ ਸਿਮਰ ਕੌਰ ਥੈਂਕ ਯੂ ਸਿਮਰ ਯੂ ਗੈਟ ਸਵੀਟ ਟੂ ਆਏ ਆਏ ਮੈਂ ਬਹੁਤ ਸਾਰਾ ਪਿਆਰ ਕਰਦੀ ਤੁਹਾਨੂੰ ਬਹੁਤ ਸਾਰਾ ਮੈਂ ਜਾਨੂ ਨੂੰ ਕਿਹਾ ਕਿ ਜਾਨੂ ਆਪਾਂ ਥੋੜ੍ਹਾ ਲਾਈਵ ਹੋਈਏ ਸਾਰਿਆਂ ਨੂੰ ਕੁਝ ਮਿਲੀਏ ਕਿ ਅਸੀਂ ਇੰਨਾ ਫਰਸਟ੍ਰੇਸ਼ਨ ਹੋ ਗਈ ਆ 15 ਮਿੰਟਾਂ ਦੇ ਅੰਦਰ ਅੰਦਰ ਤੁਸੀਂ ਹੁਣ ਆ ਗਏ ਅਤੇ ਆਈ ਐਮ ਸ਼ੋਰ ਕਿ ਮੇਰੀ ਜਾਨੂ ਓਕੇ ਹੋ ਗਏ ਹੋਣਗੇ ਹੈ ਨਾ ਤੁਹਾਨੂੰ ਕਾਫ਼ੀ ਲੱਗ ਗਈਆਂ ਕਿ ਉਹਦਾ ਦਿਲ ਬਾਗੋ ਬਾਗ ਹੋ ਗਿਆ ਕੋਈ ਰਹਿ ਨਹੀਂ ਗਈ ਗੱਲ ਥੈਂਕ ਯੂ ਸੋਨਲ ਥੈਂਕ ਯੂ ਹਾਂ ਬਿਲਕੁਲ ਸਹੀ ਗੱਲ ਹੈ ਕਿ ਮੈਂ ਕਿਹਾ ਇਹ ਸਾਰਾ ਮਤਲਬ ਕਿ ਇੱਕ ਸਾਡਾ ਮੈਮਰੀਜ਼ ਬਣ ਜਾਣੀ ਆ ਕਿ ਅਸੀਂ ਇਹਨਾਂ 2 ਦਿਨਾਂ ਵਿੱਚ ਮਤਲਬ ਕਿ ਸਾਡੀ 22nd ਮੈਰਿਜ ਐਨੀਵਰਸਰੀ 'ਤੇ ਵਧੀਆ ਰਹੂਗਾ ਪਰ ਥੋੜ੍ਹਾ ਜਿਹਾ ਹਾਂ ਜਾਨੂੰ ਇੱਦਾਂ ਥੋੜ੍ਹੇ ਜਿਹੇ ਜਲਦੀ ਅੱਕ ਜਾਣ ਵਾਲੇ ਬੰਦੇ ਤੁਹਾਨੂੰ ਪਤਾ ਇੱਦਾਂ ਹੀ ਹੁੰਦੇ ਆ ਨਹੀਂ ਪੇਸ਼ੈਂਸ ਤਾਂ ਬੜੀ ਰੱਖੀ ਦੀ ਆ ਹੁਣ ਕੋਈ ਹੱਦ ਵੀ ਹੁੰਦੀ ਆ
हाँ सिमर मैं जल्दी दसन वाली हाँ, अज तो व्लॉग शुरू ही होए आ, मैं कह जी बस हौली हौली स्पीड से चल रहे हैं, तो कल जो मेरी शादी होगी ना उस तो बाद जानू पर करके दूसरे कमरे से मैं तुम दसन वाली हाँ मैं तो जानू किवें मिले हाँ, बहुत जल्दी व्लॉग बनाने वाली हाँ, बहुत जल्दी बनाने वाली हाँ, हाँ मैं तुम दसूँगी प्रभजोत के अं दो जने किस तरह मिले हाँ, सारा दसन वाली हाँ, पूरा ए टू जी तक दसन वाली हाँ, बस पेशेंस रखो। हैलो हरप्रीत, हैलो जी, सत श्री अकाल, की हाल ढाडा, हाँ मैं हूँ सोचन ही हाँ, जे मैं सवेरे वेख्या ना कोई उत्थे वेखी इतने तो मैं करा लूँगी रैड, अज मैं परसों ही देखे तुम पता करा के आई हाँ है ना, मेहंदी लाने तो पहले ब्लैक पता नहीं कितों मेरे दिमाग च आया। रुपिंदर हैलो जी, की हाल ढाडा, मैनू बहुत चंगा तो लगा कि तुम सारे जने जागते पे हो तो सारे साढ़े न गल करते पे हो, जानू कोई गल सुनाओ तुम, मैं सुनता कोई नहीं, तो जानू तुम मैनू मिल के खुश हो कि नहीं? बिल्कुल, होर कितना खुश होना हाँ तो वधिया, होर खुशी की हो सकती है। वो कहने फुफड़े फिलपीन वाले कहन दे ढिलन के फुफड़ जी नाइस ने, हाँ जी थैंक यू ਤੁਹਾਡਾ ਫਿਲਪੀਨ ਵਾਲੇ ਹੋ। अच्छा प्रिया सिंह वो कहने मैं गुजराती हाँ, हस्बैंड पंजाबी ने, बहुत वधिया लगा मेनू सारिया नू मिल के, बहुत चंगा लग रहा। अच्छा जी मैं तुहाडी भूआ हैगी हाँ, डोंट वरी, आमना कहिंदी कि सेम ड्रेस आई हैव, अच्छा मेरी वर्गी हाँ, चंगी लगी ड्रेस तुहानू? अच्छा मेहंदी वाली सोहनी बनी ही हाँ, कल वो आई मैं लंबी गूगल करती रही तो हाँ, मैं सोहनी लगी ड्रेस जिहड़ी मैं अज पाई आ, मैं ड्रेस पाई ही, सूट नहीं पाया। अच्छा ਤੁਹਾਡਾ ਨਾਮ ਡੇਜ਼ੀ ਯਾਰ, ਓਕੇ ਜੀ, ਤੇ ਹੈਲੋ ਹੈਲੋ ਜੱਸੀ ਜੀ, ਹੈਲੋ ਕਹਿੰਦੇ ਵੀਰ ਜੀ, ਪੱਬ ਜੀ, ਹੈਲੋ ਜੀ, ਸੰਧੂ ਫੈਮਿਲੀ ਵਲੌਗਸ ਮੈਂ ਵੇਖਿਆ ਸੀ ਤੁਹਾਡੀ ਯੂਟਿਊਬ ਵੀ ਮੈਂ ਵੇਖੀ ਸੀ, ਕੀਤਾ ਸੀ ਮੈਂ ਲਾਈਕ ਕੀਤਾ ਸੀ, ਥੈਂਕ ਯੂ ਥੈਂਕ ਯੂ थैंक यू। ਤੁਹਾਡਾ ਕੀ ਸੱਚ ਨਾਂ ਹੈਗਾ ਵਾ ਫਿਲਪੀਨ ਵਾਲਿਓ? ਦੀਪਿਕਾ, ਦੀਪਿਕਾ ਕਹਿ ਰਹੀ ਸਤਿ ਸ਼੍ਰੀ ਅਕਾਲ ਆਪਾਂ ਦੋਨਾਂ ਨੂੰ। ਆਸ਼ਾ ਕਹਿ ਰਹੀ, ਆਸ਼ਾ ਸੈਫ, ਆਸ਼ਾ ਸੈਫ ਕਹਿ ਰਹੀ ਹੈ ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਦੀ, चेहरे पे नजर नहीं हटती, नजारे हम क्या देखें, सही बात है। डोली सत श्री अकाल जी, अमनदीप कौर, ओके अच्छा अमनदीप कौर हाँ, ओके 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 नाइस नेम। प्रभजोत हैलो जी, डेजी हाँ मैनू पता लग गया तुम कनेडा तो हाँ, सैकेंड मैरिज कोई गल नहीं, कोई फर्क नहीं पैंदा, सैकेंड फर्स्ट बस एज लोंग एज के सानू रब ने जीन लई भेजिया वा, सानू भी पूरा हक आ जिंदगी जीन लई भेजिए ते अहीं भी बस जीना वा, जेड़ा पल मिलदा ओदा मोमेंट दा नज़ारा लो। अच्छा अमना थैंक यू, ਉਹ ਕਹਿੰਦੇ ਅਸੀਂ ਵੀ ਦੋਨੋਂ ਮਤਲਬ ਕਿ ਉਹਨੇ ਸੈਕਿੰਡ ਮੈਰਿਜ ਬਹੁਤ ਡੇਜ਼ੀ ਉਹਨਾਂ ਦਾ ਨਾਂ ਕਨੇਡਾ ਤੋਂ ਕਹਿੰਦੇ ਅਸੀਂ ਵੀ ਬਹੁਤ ਇੰਜੋਏ ਕਰਦੇ ਹਾਂ, ਦੈਟਸ ਗੁੱਡ ਦੈਟਸ ਰੀਲੀ ਨਾ, ਬਿਲਕੁਲ ਕਿਹੜੀ ਜਗ੍ਹਾ ਰਹਿੰਦੇ ਹੈ? ਕਨੇਡਾ ਪ੍ਰਾ, ਥੈਂਕ ਯੂ ਪ੍ਰਭਜੋਤ ਥੈਂਕ ਯੂ।
God bless you too, dear LK. ਤੁਸੀਂ ਭਾ ਅਮਨਦੀਪ ਕਹਿੰਦੇ ਉਹ ਫਿਲਪੀਨ ਰਹਿੰਦੇ ਉਹਨਾਂ ਬੇਟਾ ਇੰਡੀਆ ਵਾ ਸਹੀ ਗੱਲ ਹੈ ਤੁਸੀਂ ਡੇਜੀ ਤੁਸੀਂ ਸਹੀ ਕਿਹਾ ਕਿ ਲਾਈਫ ਦਾ ਕੋਈ ਪਤਾ ਨਹੀਂ ਹੈਗਾ ਬਿਲਕੁਲ ਸਾਰੀ ਚੀਜ਼ ਦਾ ਕੀ ਭਰੋਸਾ ਨਵੰਬਰ 28 ਸ਼ਾਮ ਨੰਦ ਹੈ ਬੇਟੇ ਦਾ ਬਰਥਡੇ 28 ਐਡਵਾਂਸ ਬਹੁਤ ਸਾਰੀਆਂ ਵਧਾਈਆਂ ਆਮਨਾ ਬਹੁਤ ਸਾਰੀਆਂ ਵਧਾਈਆਂ ਬੇਟੇ ਦੀਆਂ Thank you, Asha. Thank you. Thank you. ना है का रमन रमन मम्मी रमन हाँ कपूर थले तो हम रमन से थैंक यू डेजी डेजी बहुत बढ़िया के तू खुश हो है ना खुशी वर्गी कोई चीज नहीं है खरीदी नहीं जाती ਹੋਰ ਜਾਨੂੰ ਕੋਈ ਸੁਣਾਓ ਉਹਨਾਂ ਨੂੰ ਸਾਰਿਆਂ ਨੂੰ ਗੱਲ ਮੈਂ ਕਿਹਾ ਪਹਿਲਾਂ ਤੁਸੀਂ ਮਿਲ ਗਏ ਲਓ ਫੇ ਗੱਲਾਂ ਬਾਤਾਂ ਹੋਣਗੀਆਂ ਕੁਛ ਨਾ ਕੁਛ ਸਮਥਿੰਗ ਕਰਾਂਗੇ ਹਾਂ ਸੋਨਾ ਹਾਂਜੀ ਮੈਂ ਅਸੀਂ ਹੋਟਲ 'ਚ ਆਏ ਹੈਗੇ ਇਹਦਾ ਨਾਂ ਹੈਗਾ ਮਿਲੀਨੀਅਮ ਯੂਨਾਈਟਡ ਨੇਸ਼ਨ ਦੇ ਲਾਗੇ ਹੈਗਾ ਵਾ ਅਤੇ ਇੱਥੇ ਮਨਾਉਣ ਲਈ ਆਏ ਹਾਂ ਅੱਜ ਵੀ ਅੱਜ ਰਾਤ ਰਵਾਂਗੇ ਕੱਲ੍ਹ ਰਾਤ ਵੀ ਰਵਾਂਗੇ ਯੂ ਐਨ ਪਲਾਜ਼ਾ ਹਾਂ ਇਸਲਾਮਾਬਾਦ ਟੂ अच्छा डे अच्छा थैंक यू थैंक यू अच्छा संधु अच्छा तुसी भी फिलिपीन से हो फिलिपीन से हाल सब ठीक ठाक है फिलिपीन अपने बड़े लोग रहते हैं पंजाबी है उन्हें कहे उन्हें बेटी भी हुई है हाँ ਐਨੀਵਰਸਰੀ ਸਵੇਰੇ ਆ ਮੈਂ ਛੋਟੀ ਜਿਹੀ ਅੱਜ ਵੀ ਮਨਾਉਂਗੀ ਮੈਂ ਜਾਨੂੰ ਨੂੰ ਕਹਿਣ ਦੀ ਮੈਂ ਬਾਹਰ ਜਾਣਾ ਵਾਂ ਅਤੇ ਕਿ ਜੋ ਖਾਣਾ ਖਾਣ ਜਾਵਾਂਗੀ ਛੋਟਾ ਕੇਕ ਲੈ ਕੇ ਆਊਂਗੀ ਅਤੇ ਮਨਾਉਂਗੀ ਅੱਜ ਰਾਤ ਵੀ ਹੈ ਨਾ ਹੋਰ ਦੋਸਤੋ ਦੱਸੋ ਕੀ ਹਾਲ ਚਾਲ ਤੁਹਾਡਾ ਸਭ ਦਾ ਸੁਣਾਓ ਕੋਈ ਗੱਪ ਸ਼ੱਪ ਦੋਸਤੋ ਰੁਪਿੰਦਰ ਟਿਵਾਨਾ ਮੈਂ ਤੁਹਾਡੇ ਬਹੁਤ ਸਾਰੇ ਕਮੈਂਟਸ ਦੇ ਦੀਆਂ ਲਵ ਯੂ ਬਹੁਤ ਜੀ ਆਇਆਂ ਤੁਹਾਡਾ ਹੈਪੀ ਐਨੀਵਰਸਰੀ ਕਹਿ ਰਹੇ ਹੋ ਸਾਨੂੰ ਥੈਂਕ ਯੂ ਬਹੁਤ ਮਿਹਰਬਾਨੀ ਨਿਊ ਜਰਸੀ ਤੋਂ ਨੇ ਉਹ ਓਕੇ ਆਸ਼ਾ ਤੂੰ ਸੁਣਾ ਵੇਖਿਆ ਤੂੰ ਇਹ ਲਾਈਨ ਪੂਰੀ ਲਿਖੀ ਪਰ ਜਸਪਾਲ ਨੇ ਐਨਕ ਨਹੀਂ ਲਾਈ ਉਹਨਾਂ ਨੂੰ ਨਹੀਂ ਵੀ ਪਤਾ ਤਾਂ ਵੀ ਉਹਨਾਂ ਨੂੰ ਪਤਾ ਲੱਗਿਆ ਇਹ ਕਹਿ ਕੇ ਤੂੰ ਕੋਈ ਲਾਈਨ ਬੋਲ ਪਰ ਜਸਪਾਲ ਬੋਲਣਗੇ ਹੈਨਾ ਥੈਂਕ ਯੂ ਜਸਬੀਰ ਮਾਨ ਥੈਂਕ ਯੂ ਉਹਨਾਂ ਨੇ ਹੈਪੀ ਐਨੀਵਰਸਰੀ ਕਿਹਾ ਜਾਨੂੰ ਥੈਂਕ ਯੂ ਉਹ ਕਹਿੰਦੇ ਗਾਣਾ ਸੁਣਾਓ ਅੰਕਲ ਜੀ ਕਿਹੜਾ ਸੁਣਾਈਏ ਤੁਹਾਨੂੰ ਗਾਣਾ ਥੈਂਕ ਯੂ ਪਰਮ ਮੌਲਕ ਥੈਂਕ ਯੂ ਉਹਨਾਂ ਨੇ ਵੀ ਹੈਪੀ ਐਨੀਵਰਸਰੀ ਕਿਹਾ ਵਾ ਥੈਂਕ ਯੂ ਵੈਰੀ ਮੱਚ ਸਾਰਿਆਂ ਦੋਸਤ ਹਾਂ ਤੁਸੀਂ ਨੀਤੂ ਤੋਂ ਇਹ ਦੱਸਿਆ ਸੀ ਉਹਨਾਂ ਸ਼ਾਦੀ ਨਵੰਬਰ 11 ਸੇਮ ਡੇ ਹੈ ਨਾ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਕਹਿਣਾ ਉਹਨਾਂ ਦੀ ਐਨੀਵਰਸਰੀ 'ਤੇ ਵਿਆਹ ਵਾਲਿਆ ਪਾਕਿਸਤਾਨ ਚ ਹਾਂ ਤੇ ਹੁਣ ਜਦੋਂ ਟੈਕਸੀ ਚ ਆਉਂਦੇ ਅਸੀਂ ਉਹਨਾਂ ਨੂੰ ਵੀ ਦੱਸਣ ਡਿਆ ਸੀ ਹੈਨਾ ਉਹ ਪਾਕਿਸਤਾਨ ਉਹਨਾਂ ਨੂੰ ਕਿਹਾ ਭਾਈ ਕਿਹਾ ਹੁਣ ਤੇ ਪਰ ਕੋਈ ਹੱਜ ਹੀ ਨਹੀਂ ਰਹਿ ਗਿਆ ਕਿਸੇ ਵੀ ਜਗ੍ਹਾ ਤੇ ਨਾ ਅਮੈਰੀਕਾ ਚ ਨਾ ਕਿਤੇ ਵੀ ਜਾਣ ਦਾ ਪਲ ਪਲ ਚਲੋ ਅਸ ਕੀ ਕਿਹੜਾ ਗਾਣਾ ਕਰਦੀ ਆ ਪਲ ਪਲ ਦਿਲ ਕੇ ਤੁਮ ਪਲ ਪਲ ਦਿਲ ਕੇ ਪਾਸ ਤੁਮ ਰਹਤੇ ਹੋ ਰਾਈਟ ਹਾਂ ਇਹੋ ਹੀ ਹੈ ਨਾ ਪਲ ਪਲ ਥੈਂਕ ਯੂ ਅਮਨ ਥੈਂਕ ਯੂ ਵਿਸ਼ ਕਰਨ ਲਈ ਪਿਆਰਾ ਗੀਤ ਆ ਇਹ ਥੈਂਕ ਯੂ ਅਮਨਾ ਥੈਂਕ ਯੂ ਪਲ ਪਲ ਦਿਲ ਕੇ ਪਾਸ ਤੁਮ ਰਹਤੇ ਹੋ ਉਹਨਾਂ ਇਹਨਾਂ ਦੇ ਸਹਿਜਾ ਇਹ ਵੀ ਉੱਥੋਂ ਨੇ ਇਹਨਾਂ ਦੇ ਵੀ ਪੇਰੈਂਟਸ ਦੀ ਐਨੀਵਰਸਰੀ 11 ਨੂੰ ਇਹਨਾਂ ਮੈਨੂੰ ਦੱਸਿਆ ਸੀ ਅੱਜ ਵੀ ਉਹਨਾਂ ਨੂੰ ਵੀ ਵਧਾਈਆਂ ਬਹੁਤ ਸਾਰੀਆਂ
ਹਾਂਜੀ ਪਰਮ ਔਲ ਹਾਂਜੀ ਮੈਂ ਵੀ ਅੰਮ੍ਰਿਤਸਰ ਤੋਂ ਹਾਂ ਹਾਂਜੀ ਥੈਂਕ ਯੂ ਸੰਧੂ ਥੈਂਕ ਯੂ ਜਸਪਾਲ ਨੂੰ ਸੌਂਗ ਨਹੀਂ ਆਉਂਦਾ ਹੈ ਨਾ ਪਰ ਓਦਾਂ ਗਾਉਂਦੇ ਰਹਿੰਦੇ ਆ ਓਦਾਂ ਥੋੜ੍ਹਾ ਬਹੁਤਾ ਇਹ ਕਲਾ ਲੈਂਦੇ ਆ ਨਹੀਂ ਹੈ ਕੋਈ ਪਰਫੈਕਟ ਨਹੀਂ ਹੈ ਬਿਲਕੁਲ ਬਿਲਕੁਲ ਜਸਵੀਰ ਮੈਂ ਉਹਦਾ ਆਪਣਾ ਰੰਜਾ ਰਾਜੀ ਕਰ ਲਈਦਾ ਹਾਂ ਦੋ ਚਾਰ ਤੋਂ ਕਰ ਲਾ ਕੇ ਹਾਂ ਉਸ ਤਰ੍ਹਾਂ ਲਾਉਂਦੇ ਰਹਿੰਦੇ ਓਦਾਂ ਨਹੀਂ ਆਉਂਦਾ ਮੈਨੂੰ ਤਾਂ ਬਿਲਕੁਲ ਹੀ ਨਹੀਂ ਆਉਂਦਾ ਮੈਂ ਤੇ ਬਸ ਭੱਜ ਜਾਵੇ ਸਾਰੇ ਜਾਣੇ ਜਾਨਵਰ ਵੀ ਭੱਜ ਜਾਣ ਓਦਾਂ ਹੀ ਦੋਸਤੋ ਮਨ ਕਰਦਾ ਹੁੰਦਾ ਕਿ ਯਾਰੀ ਆਪਣਾ ਇੰਜੋਇਮੈਂਟ ਕਰਨ ਨੂੰ ਹਾਂ ਤੇ ਕਈ ਵਾਰੀ ਇੱਦਾਂ ਨਹੀਂ ਘਰ ਵੀ ਬੈਠੇ ਹੋਈਏ ਜਾਂ ਟੀਵੀ ਮੂਹਰੇ ਜਾਂ ਹੁਣ ਬੀਵੀ ਦੇ ਮੂਹਰੇ ਤਾਂ ਵੀ ਕੁਛ ਨਾ ਕੁਛ ਹਾਂ ਜਾਨੂੰ ਆਪਾਂ ਇੱਦਾਂ ਬੈਠੇ ਹਾਂ ਥੋੜ੍ਹਾ ਇੱਦਾਂ ਹੋ ਜਾਈਏ ਹਾਂ ਥੋੜ੍ਹਾ ਜਿਹਾ ਨਹੀਂ ਠੀਕ ਸੀਗਾ ਇੱਥੇ ਆ ਜਾਓ ਇੱਥੇ ਆ ਕਮ ਸੇ ਕਮ ਢੋ ਦੇ ਲਾ ਲਈਏ ਜੀ ਮੋਬਾਈਲ ਪਰ ਔਨ ਕਰ ਲੋ ਬੋਲਦੇ ਕਿ ਮੋਬਾਈਲ ਤੇ ਔਨ ਕਰ ਲੋ ਤੇ ਗਾਣਾ ਸੁਣਾਓ ਠੀਕ ਆ ਅੱਜ ਨਹੀਂ ਹੁਣ ਹੁਣ ਥੋੜਾ ਜਿਹਾ ਬਾਅਦ ਵਿੱਚ ਰਮਨ ਅੱਛਾ ਰਮਨ ਕੌਰ ਨੂੰ ਬਹੁਤ ਬਹੁਤ ਰਮਨ ਬਹੁਤ ਸਾਰਾ ਤੁਹਾਡੀ ਬੇਟੀ ਨੂੰ ਬਹੁਤ ਪਿਆਰ ਤੇ ਬਹੁਤ ਲੰਬੀ ਉਮਰ ਹੋਵੇ ਤੇ ਹਮੇਸ਼ਾ ਖੁਸ਼ੀਆਂ ਮਾਣੇ ਚੜ੍ਹਦੀ ਕਲਾ ਚ ਰਵੇ ਤੇ ਅਚਾਈਆਂ ਨੂੰ ਛੂਏ ਉਹ ਤੁਹਾਡੀ ਬੇਟੀ ਰਹਿਮ ਰਹਿ ਕੇ ਆਹੀ ਰਹਿਮਤ ਮਾਂ ਬਾਪ ਦਾ ਨਾਂ ਰੋਸ਼ਨ ਕਰੇ ਹਾਂ ਰਹਿਮਤ ਕੌਰ ਬਹੁਤ ਪਿਆਰਾ ਨਾਮ ਆ ਮੈਂ ਵੀ ਕਿਹਾ ਜਿਸ ਵਾਂਗ ਥੋੜਾ ਆਰਾਮ ਨਾਲ ਬੈਠ ਰਹੇ ਕਿੰਨਾ ਮੈਂ ਤੇ ਮੈਂ ਆਪ ਤੰਗ ਹੋ ਗਈ ਨਹੀਂ ਰਿਲੈਕਸ ਜਿਹਾ ਹੋ ਕੇ ਬੈਠੋ ਮੈਂ ਤਾਂ ਆਪ ਹੋ ਗਿਆ ਰਿਲੈਕਸ ਤੇ ਹੋ ਗਈ ਰਿਲੈਕਸ ਹਾਂ ਦੋਸਤੋ ਤੁਹਾਡਾ ਸਾਰਿਆਂ ਦਾ ਬੜਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਅਸੀਂ ਕਿ ਤੁਸੀਂ ਸਾਡੇ ਨਾਲ ਰੂਬਰੂ ਹੋਏ ਤੇ ਕਿੱਡੀ ਕਿੱਡੀ ਦੂਰ ਤੋਂ ਤੁਸੀਂ ਆਪਣੀ ਬਲੈਸਿੰਗ ਆਸ਼ੀਰਵਾਦ ਥੈਂਕ ਯੂ ਤੇ ਆਪਣਾ ਸਾਂਝਾ ਕੀਤਾ ਖੁਸ਼ੀ ਦਾ ਜ਼ਾਹਰ ਕੀਤਾ ਤੇ ਬੜਾ ਵਧੀਆ ਲੱਗਦਾ ਯਾਰ ਇਹ ਇੱਦਾਂ ਹੋਣੀ ਚਾਹੀਦੀ ਆ ਸੱਚੀ ਇੱਦਾਂ ਦੇ ਮੌਕੇ ਕਦੀ ਲੱਭਦੇ ਆ ਇਹ ਤੇ ਚਲੋ ਮਾਹੌਲ ਇੱਦਾਂ ਦਾ ਹੋ ਗਿਆ ਕਿ ਪ੍ਰੀਤੀ ਸ਼ਰਮਾ ਹਾਂਜੀ ਮੈਂ ਬਹੁਤ ਜਲਦੀ ਕਰਨ ਲੱਗੀ ਆ ਕੋਈ ਵਕਤ ਐਸਾ ਆਏ ਕਿ ਆਪਾਂ ਸਾਰੇ ਜਾਣੇ ਇਕੱਠੇ ਹੋਈਏ ਤੇ ਨੱਚੀਏ ਟੱਪੀਏ ਭੰਗੜੇ ਪਾਈਏ ਗਿੱਧੇ ਪਾਈਏ ਬੜਾ ਵਧੀਆ ਆਪਣਾ ਕਲਚਰ ਆ ਪਰਮਾਤਮਾ ਨੇ ਆਪਾਂ ਨੂੰ ਉਸ ਦਰ ਤੇ ਪੈਦਾ ਕੀਤਾ ਉੱਥੇ ਤਾਂ ਖੁਸ਼ੀਆਂ ਹੀ ਖੁਸ਼ੀਆਂ ਆ ਪਰ ਚਲੋ ਸਮੇਂ ਦੇ ਨਾਲ ਚੱਲਣਾ ਪੈਂਦਾ ਥੋੜਾ ਜਿਹਾ ਹਨਾ ਹਾਂ ਬਿਲਕੁਲ ਗੁਰਪ੍ਰੀਤ ਭੁੱਲਰ ਅੱਛਾ ਉਹ ਕੈਨੇਡਾ ਤੋਂ ਆਉਣਾ ਕਿ ਬਹੁਤ ਮਤਲਬ ਕੈਨੇਡਾ ਬਹੁਤ ਸਾਰੇ ਹਨਾ ਦੋਸਤ ਹੈ ਕੈਨੇਡਾ ਤੋਂ ਹਾਂਜੀ ਦੋਸਤੋ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਵਾਕਿਆ ਜਸਪਾਲ ਦੀ ਗੱਲ ਕਰੋ ਕਿ ਉਹ ਸਭ ਜਿਹੜਾ ਹੁਣ ਚੱਲ ਰਿਹਾ ਕਾਲ ਜਿਹਾ ਉਹ ਖਤਮ ਹੋ ਜਾਏ ਹਨਾ ਅਤੇ ਸਾਰੇ ਇੰਜੋਏ ਕਰ ਸਕਣ ਅਰਦਾਸ ਕਰਦੇ ਕਿ ਇਹ ਚੀਜ਼ਾਂ ਖਤਮ ਹੋਣ ਕਿਤੇ ਇਕੱਠੇ ਹੋਈਏ ਥੈਂਕ ਯੂ ਕਰਨ ਜੀ ਥੈਂਕ ਯੂ ਬ੍ਰੈਂਪਟਨ ਪੂਨਮ ਬ੍ਰੈਂਪਟਨ ਤੋਂ ਨੇ ਬ੍ਰੈਂਪਟਨ ਹੈ ਥੈਂਕ ਯੂ ਪ੍ਰੀਤੇ ਬ੍ਰੈਂਪਟਨ ਤਾਂ ਆਪਣੇ ਹੈ ਹੀ ਪੰਜਾਬੀਆਂ ਦਾ ਹਾਂ ਬਿਲਕੁਲ ਸੱਚੀ ਗੱਲ ਆ ਨੀਤੂ ਅਪਸਟੇਟ ਹਾਂਜੀ ਆਉਂਗੀ ਕਿੱਥੇ ਰਹਿੰਦੇ ਤੁਸੀਂ ਜ਼ਰੂਰ ਕਦੀ ਬਣੂੰਗਾ ਹਨਾ ਅਪਸਟੇਟ ਕਿਹੜੇ ਸ਼ਹਿਰ 'ਚ ਰਹਿੰਦੇ ਹਾਂ ਦੱਸਣਗੇ ਹੋਰ ਦੋਸਤੋ ਕੀ ਹਾਲ ਚਾਲ ਆ ਬ੍ਰੈਂਪਟਨ ਗੁਰਪ੍ਰੀਤ ਭੁੱਲਰ ਵੀ ਬ੍ਰੈਂਪਟਨ ਰਹਿੰਦੇ ਵੇਖ ਲਓ ਗੱਲਾਂ ਦੀ ਉਹਨਾਂ ਦਾ ਉਹਨਾਂ ਨੇ ਨਾਂ ਰੱਖਿਆ ਆਪਣੀ ਪ੍ਰੋਫਾਈਲ ਦਾ ਕੀ ਰੱਖਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਮੇਰੇ ਕੋਲ ਨਾਂ ਨਹੀਂ ਲਿਆ ਜਾਂਦਾ ਪਕਿਸਕੀ ਪਕਿਸਪੀ ਹਾਂ ਮੇਰੇ ਕੋਲ ਨਾਂ ਨਹੀਂ ਉਹਦਾ ਲਿਆ ਜਾਂਦਾ ਮਿਡਲ ਟਾਊਨ ਦੇ ਨਜ਼ਦੀਕ ਆ ਹਾਂ ਜਿੱਥੇ ਸਟੇਸ਼ਨ ਆ ਹਾਂ ਜਿੱਥੇ ਸਟੇਸ਼ਨ ਆ ਮੈਂ ਲਾਈਕ ਕਰਦੀ ਉੱਥੋਂ ਦਾ ਸਟੇਸ਼ਨ ਹਾਂ ਹਾਂ ਉਹ ਤਾਂ ਬੜਾ
ਅੱਜ ਦਾ ਪ੍ਰੋਗਰਾਮ ਬਿਲਕੁਲ ਓਹਦੇ ਲੱਗ ਗਈ ਬੈਂਗਲ ਮੈਂ ਓਦਾਂ ਹੀ ਉਹ ਪਾਲ ਦੋ ਰੈਡ ਚੂੜੀਆਂ ਸੀ ਮੈਂ ਚੂੜੀਆਂ ਵੀ ਨਹੀਂ ਆਉਂਦੀਆਂ ਹੋਈਆਂ ਅਤੇ ਮੈਂ ਉਹ 'ਚ ਪਾ ਲਈਆਂ ਲਾਲ ਦੋ ਚੂੜੀਆਂ ਸੋਨਿਆਂ ਦੇ ਵਿੱਚ ਪਾ ਲਈਆਂ ਸੀ ਮੈਂ ਜਸਪਾਲ ਨੂੰ ਕਹਿਣ ਦੀ ਹਾਂ ਅੱਜ ਵੀ ਚੂੜਾ ਪਾਉਂਦੇ ਮੈਂ ਕਿੰਨਾ ਕਮੀਆਂ ਰਹਿ ਗਈਆਂ ਦੋਸਤੋ ਓਦਾਂ ਚੂੜਾ ਵੀ ਪਾਉਣਾ ਸੀ ਪਰ ਸ਼ਿੰਗਾਰ ਜਰੂਰ ਕਰਨਾ ਚਾਹੀਦਾ ਸਮੇਂ ਸਮੇਂ ਸਿਰ ਸੋਹਣੇ ਕੱਪੜੇ ਪਾਉਣੇ ਚਾਹੀਦੇ ਏਦਾਂ ਨਹੀਂ ਹੈ ਉਦਾਂ ਚਲੋ ਆਪਾਂ ਸਿੰਪਲ ਰਹਿਣਾ ਚਾਹੀਦਾ ਸਾਦੇ ਰਹਿਣਾ ਚਾਹੀਦਾ ਪਰ ਇੰਨਾ ਵੀ ਨਹੀਂ ਕਿ ਬਿਲਕੁਲ ਹੀ ਬਿਲਕੁਲ ਥੈਂਕ ਯੂ ਡੇਜ਼ੀ ਥੈਂਕ ਯੂ ਕਿੰਨੇ ਬੁੱਢੀ ਨਾ ਕਹੋ ਬਹੁਤ ਮਜ਼ਾ ਆਇਆ ਤਾਂ ਸੱਚੀਆਂ ਜੇ ਆਏ ਹੀ ਸੀ ਅੰਦਰ ਅਤੇ ਮੈਂ ਕਿਹਾ ਜਾਨੂੰ ਚਲੋ ਲਾਈਵ ਚੱਲਦੇ ਹਾਂ ਥੋੜ੍ਹਾ ਜਿਹਾ ਰਿਲੈਕਸ ਹੁੰਦੇ ਹਾਂ ਜਾਨੂੰ ਕਹਿੰਦੀ ਪਹਿਲਾਂ ਖਾਣ ਜਾਣਾ ਮੈਂ ਕਿਹਾ ਪਹਿਲਾਂ ਦੋਸਤਾਂ ਨਾਲ ਰੂਬਰੂ ਹੋ ਲਓ ਫਿਰ ਜਾਂਦੇ ਹਾਂ ਖਾਣ ਥੈਂਕ ਯੂ ਜਸਵੀਰ ਥੈਂਕ ਯੂ ਹਾਂਜੀ ਹਾਂਜੀ ਅਮਨਦੀਪ ਫੋਨ ਨੇਚਰ ਚੰਗੀ ਆ ਤਾਂ ਹੀ ਤੇ ਮੰਨ ਜਾਂਦੇ ਜਲਦੀ ਜਲਦੀ ਚਲੋ ਥੈਂਕ ਯੂ ਤੁਹਾਡਾ ਜੇ ਤੁਹਾਨੂੰ ਚੰਗੀ ਲੱਗਦੀ ਤਾਂ ਹਾਂਜੀ ਤੇ ਦੋਸਤੋ ਹੁਣ ਆਪਾਂ ਬੰਦ ਕਰਦੇ ਹਾਂ ਨਾ ਉਦਾਂ ਜੱਟ ਅੜ ਬਸਵਾ ਦੇ ਹੁੰਦੇ ਆ ਜਾਦੇ ਹਾਂ ਸੱਚੀ ਗੱਲ ਆ ਡਿਨਰ ਕਰਨ ਉਹ ਕਹਿਣ ਡਿਆ ਕਿ ਇੱਥੇ ਅੰਦਰ ਕੁਛ ਵੀ ਨਹੀਂ ਹੈਗਾ ਬਿਲਕੁਲ ਉਹਨਾਂ ਬਾਰੇ ਬਾਹਰ ਜਾਣਾ ਪੈਣਾ ਨਾਲ ਹੀ ਸਟਰੀਟ ਹੈਗੀ ਆ ਉਹ ਜ਼ਰੂਰ ਇੱਥੇ ਖੁੱਲੇ ਹੀ ਰਹਿੰਦੇ ਤੁਹਾਨੂੰ ਪਤਾ ਲੱਗੇ ਆ ਬੰਦ ਹੀ ਆ ਸਾਰਾ ਕੁਝ ਕਿਤੇ ਹਾਂ ਨਹੀਂ ਪਰ ਬਾਹਰ ਤੇ ਜਾਣਾ ਨਾ ਅੰਦਰ ਬੰਦ ਆ ਹਾਂ ਬਿਲਕੁਲ ਮੇਰਾ ਫੇਵਰੇਟ ਫੂਡ ਕਿਹੜਾ ਫੇਵਰੇਟ ਫੂਡ ਹੈ ਤੁਹਾਨੂੰ ਵੈਜੀਟੇਰੀਅਨ ਕਿਹੜਾ ਫੇਵਰੇਟ ਹੋ ਸਕਦਾ ਕਿਹੜਾ ਫੇਵਰੇਟ ਹੀ ਮੇਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰਾ ਫੇਵਰੇਟ ਫੂਡ ਕੀ ਆ ਮੈਂ ਮਸਾਲਾ ਡੋਸਾ ਵੀ ਬਹੁਤ ਲਾਈਕ ਕਰਦੀ ਹੈਗੀ ਹਾਂ ਅਤੇ ਪੰਜਾਬੀ ਫੂਡ ਕੜੀ ਰੋਟੀ ਅਤੇ ਕੜੀ ਦੋਸਤੋ ਬੜਾ ਮਹਿੰਗਾ ਨਹੀਂ ਸੌਦਾ ਸਸਤਾ ਹੀ ਸੌਦਾ ਖਾਂਦੇ ਇਹਦਾ ਅਤੇ ਉਹ ਜਿੱਦਾਂ ਕਿ ਉਦਾਂ ਜਲ ਖਲਾਰਾ ਪਾ ਦਿੰਦੀ ਹਾਂ ਪਟਿਆ ਫਲੱਫੇ ਫਲੱਫੇ ਪਟਿਆ ਪਹਾੜ ਤੇ ਨਿਕਲਿਆ ਚੂਹਾ ਦੈਟਸ ਟੂ ਜੇ ਫਲੱਫੇ ਮੇਰਾ ਫੇਵਰੇਟ ਫੂਡ ਆ ਮੈਂ ਜਿੰਨੀ ਵਾਰ ਵੀ ਉੱਥੇ ਗਈ ਆ ਨਾ ਮਾਲ ਦੇ ਵਿੱਚ ਨਿਊ ਜਰਸੀ ਮਾਲ ਚ ਗਈ ਆ ਤੇ ਮੈਂ ਫਲੱਫੇ ਖਾਦੇ ਜਿੱਦਾਂ ਮੈਂ ਦੋਸਤੋ ਤੁਸੀਂ ਮਸ਼ਹੂਰੀ ਬੜਾ ਕਰਦਾ ਨਾ ਦੈਟਸ ਟੂ ਫਲੱਫੇ ਤੇ ਜਿੱਦਾਂ ਨਾ ਮੈਂ ਫਲੱਫੇ ਉੱਥੇ ਖਾਦੇ ਹਮਸ ਉੱਥੇ ਨਾਂ ਹੈਗਾ ਸੀ ਹਮਸ ਗ੍ਰਿਲ ਹਨਾ ਹਮਸ ਗ੍ਰਿਲ ਹੀ ਨਾ ਤੇ ਮੈਂ ਖਾਦੇ ਫਲੱਫੇ ਉਸ ਦਿਨ ਵੀਡੀਓ ਵਾਇਰਲ ਨਹੀਂ ਹੋਈ ਕੁਛ ਵੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਮੈਂ ਕਿਹਾ ਦੋਸਤੋ ਮੈਂ ਫਲੱਫੇ ਖਾ ਰਹੀ ਹਾਂ ਕਿਸੇ ਨੇ ਕਿਹਾ ਧਿਆਨ ਦਿੱਤਾ ਜਦੋਂ ਜਾਨੂੰ ਕੁੰਗੜ ਕੇ ਇੱਦਾਂ ਬੈਠੇ ਸੀ ਸਾਰਾ ਦਿਨ ਅਸੀਂ ਮੀਂਹ 'ਚ ਬੈਠੇ ਰਹੇ ਅਤੇ ਮੈਂ ਆਪਣੀ ਫੋਟੋ ਨਹੀਂ ਦਿਖਾਈ ਅਤੇ ਜਾਨੂੰ ਇੱਦਾਂ ਕੁੰਗੜ ਕੇ ਬੈਠੇ ਅਤੇ ਹਾਏ ਹਾਏ ਉਹ ਫਲੱਫੇ ਤਾਂ ਇੰਨੇ ਜ਼ਿਆਦਾ ਵਾਇਰਲ ਹੋਏ ਨਾ ਪੁੱਛੋ ਕੋਈ ਨਾ ਭੁੱਖ ਬੜੀ ਲੱਗੀ ਸੀ ਇੱਕ ਠੰਡ ਬੜੀ ਹੋ ਗਈ ਤੇ ਠੰਡ ਨਹੀਂ ਅਸਲੀ ਜ਼ਿਆਦਾ ਕੰਮ ਖਰਾਬ ਕਰਦਾ ਤੇ ਦੂਸਰੀ ਗੱਲ ਇਹ ਸੀ ਕਿ ਉਸ ਦਿਨ ਅਸੀਂ ਬਹੁਤ ਵੱਡੀ ਮੁਸੀਬਤ 'ਚ ਫਸ ਚੱਲੇ ਹਾਂ ਹਨਾ ਤੇ ਰੱਬ ਨੇ ਸਾਨੂੰ ਬਾਰ ਬਾਰ ਕੱਢਿਆ ਬੜੀ ਲੱਗੀ ਸੀ ਤਾਂ ਉਹ ਹੀ ਤੇ ਜਾਨੂੰ ਏਦਾਂ ਕੁੰਗੜੇ ਬੈਠੇ ਬਾਰਿਸ਼ ਇੰਨੀ ਹੀ ਨਿਊਯਾਰਕ ਉਸ ਦਿਨ ਇੰਨੀ ਜ਼ਿਆਦਾ ਬਾਰਿਸ਼ ਉੱਧਰੋਂ ਇਹ ਵੀਡੀਓ ਲਾ ਕੇ ਬਹਿ ਗਿਆ ਤੇ ਮੈਂ ਕਿਹਾ ਵੀ ਆਪਾਂ ਤਾਂ ਹੁਣ ਖਾਣਾ ਪਹਿਲਾਂ ਲੋਕੀ ਕਹਿਣ ਇਹਨੂੰ ਮਤਲਬ ਕਿ ਪਸੰਦ ਨਹੀਂ ਹੈ ਤੁਹਾਨੂੰ ਖਾਣਾ ਹੋਣਾ ਮੈਨੂੰ ਤਾਂ ਬਹੁਤ ਪਸੰਦ ਆ ਉਹ ਖਾਣਾ ਉੱਦਾਂ ਹੀ ਜਾਨੂੰ ਏਦਾਂ ਵੇਖਣ ਡਿਆ ਸੀ ਪਰ ਹਾਲਤ ਉਦਣ ਬੜੀ ਮਾੜੀ ਸੀ ਠੰਡ ਬੜੀ ਸੀ ਨਹੀਂ ਜਾਨੂੰ ਬਹੁਤ ਸੋਹਣੇ ਲੱਗਣ ਡਿਆ ਸੀ ਪਰ ਵੀਡੀਓ ਦੇ ਵਿੱਚ ਇਦਾਂ ਖਲਾਰਾ ਪੈ ਗਿਆ ਫਲੱਫੇ ਕਰਕੇ ਜਾਨੂੰ ਦਾ ਵੀ ਜਾਨੂੰ ਮੈਨੂੰ ਉਸ ਦਿਨ ਇੰਨਾ ਹੈਂਡਸਮ ਲੱਗਣ ਡਿਆ ਸੀ ਨਾ ਮੈਂ ਕਿਹਾ ਓ ਮਾਈ ਗੋਡ ਮੇਰੀ ਨਜ਼ਰ ਨਾ ਲੱਜੇ ਤੇ ਪਰ ਲੋਕਾਂ ਨੂੰ ਇੰਨੇ ਖਰਾਬ ਲੱਗੇ ਮੈਂ ਦੱਸ ਨਹੀਂ ਜਾਂਦੀ ਹਾਏ ਹਾਏ
ਚਲੋ ਕੋਈ ਨਹੀਂ, ਇੱਦਾਂ ਹੋ ਜਾਂਦਾ ਕੋਈ ਦਿਨ ਇੱਦਾਂ ਦਾ ਹੁੰਦਾ। ਪਰ ਇੱਦਾਂ ਆਪਾਂ ਤੁਹਾਡੇ ਸਾਹਮਣੇ ਬੈਠੇ ਹਾਂ, ਰੂਬਰੂ ਹੋਏ ਹਾਂ, ਕੋਈ ਗੱਲ ਨਹੀਂ, ਕੋਈ ਗੱਲ ਦੱਸੋ। ਠੀਕ ਯਾਰ, ਹਾਂਜੀ ਮੈਂ ਬਣਾਉਂਗੀ ਵੀਡੀਓ। ਹਾਂ ਬਿਲਕੁਲ। ਹੋਰ ਜਾਨੂੰ ਫਿਰ ਚੱਲੀਏ ਆਪਾਂ। ਹਾਂਜੀ ਆਪਾਂ ਥੋੜਾ ਕਾਫੀ ਮਤਲਬ ਤਕਰੀਬਨ ਹੋ ਗਏ ਕਾਫੀ ਮਿੰਟ ਤੇ ਆ ਕੇ ਬਣਾਉਨੇ YouTube ਥੋੜੀ ਜੀ। ਨਹੀਂ ਮੈਂ ਉਹਨੇ ਜਿੰਨਾ ਮਹਿੰਦੀ ਕਰਨਾ ਸੀ ਨਾ, ਉਹਨੇ ਮੈਨੂੰ ਦੱਸਿਆ ਕਿ ਤੂੰ ਪ੍ਰੋਫੈਸ਼ਨਲ ਪਿਕਚਰ ਕਰਾ ਲਾ ਹੈ ਨਾ, ਅਤੇ ਮੈਨੂੰ ਪਤਾ ਉਹ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਲੱਭੂੰਗੀ ਕੋਈ ਹੈ ਨਾ, ਅਤੇ ਕਰਾਈ ਨਹੀਂ ਕੋਈ ਵੀ ਪਿਕਚਰ, ਸੋਚਣ ਡਈ ਹਾਂ। ਪਰ ਚਲੋ ਜੇ ਜੀਂਦੇ ਰਹੇ ਤਾਂ ਅਗਲੇ ਸਾਲ ਕਰਾ ਲਾਂਗੇ ਹੈ ਨਾ। ਨੀਤੂ ਥੈਂਕ ਯੂ, ਥੈਂਕ ਯੂ ਗੁਰਕੀਤ। ਹੈਲੋ ਜੀ, ਚਲੋ ਫਿਰ ਇਜਾਜ਼ਤ ਲਓ ਸਾਰਿਆਂ ਤੋਂ, ਅਤੇ ਹਿੰਦੀ ਸੌਂਗ ਬੋਲੋ ਫਿਰ ਆ ਕੇ, ਫਿਰ ਆਪਾਂ ਕਰਦੇ ਹਾਂ ਅਤੇ ਹੁਣ ਆਪਾਂ ਖਾਣਾ ਖਾਈਏ। ਲਵ ਯੂ ਆਲ। ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲੀਏ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲੀਏ। ਸੀ ਯੂ ਲੇਟਰ, ਸੀ ਯੂ ਲੇਟਰ। ਓਕੇ ਦੋਸਤੋ, ਓਕੇ ਬਾਏ 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 ਬਾਏ, ਫਿਰ ਮਿਲਾਂਗੇ। ਕਿੱਥੇ ਚਲੇ ਗਿਆ, ਮੈਂ ਅਜੇ ਬੰਦ ਕਰਨਾ ਹੈਗਾ ਵਾ, ਕਿੱਦਾਂ ਬੰਦ ਕਰੂੰਗੀ ਮੈਂ। ਥੈਂਕ ਯੂ ਪੂਨਮ, ਥੈਂਕ ਯੂ ਹੁਣੇ। ਬਾਏ ਬਾਏ ਡੇਜ਼ੀ ਜੀ, ਬਾਏ। ਮੈਂ ਦੇਖਦੀ ਪਈ ਹਾਂ ਕਿ ਅਜੇ ਹੋ ਜਾਂਦੀ ਹਾਂ ਟਾਈਪ ਟੂਮੈਂਟ। ਲਵ ਯੂ, ਲਵ ਯੂ, ਲਵ ਯੂ ਗਾਇਸ। ਮੈਂ ਵੇਖਣ ਲੱਗੀ ਹਾਂ ਕਿ ਬਣ। ਥੈਂਕ ਯੂ ਆਮਨਾ, ਥੈਂਕ ਯੂ। Are you sure you want to stop? Yes.